16 साल मेरी मदर नहीं सुती। इन्ना लंबा समा केस क्यों लटकाया गया? केली शासी सरकार भी साडे अगेंस्ट सी। पर दिलों चाहते हो केड़ा फैसला हो? ऑफेंस च नु फांसी होनी चाहिए। मेरे फादर ही मेरी कविताओं दी और मेरे लेखन दी एडिटिंग करते सी कि हुन कोई भी एडिटिंग नहीं करे मेरी कविताओं दी। ਸਤਿ ਸ਼੍ਰੀ ਅਕਾਲ, ਮੈਂ ਹਾਮਰੀ ਥੁਰਦੀ ਅਤੇ ਜਸ ਪੰਜਾਬੀ ਦੇਖਣ ਵਾਲੇ ਸਾਰੇ ਦਰਸ਼ਕਾਂ ਦਾ ਸਵਾਗਤ ਹੈ ਸਾਡੀ ਖਾਸ ਪੇਸ਼ਕਸ਼ ਦੇ ਵਿੱਚ। ਇਸ ਖਾਸ ਪੇਸ਼ਕਸ਼ ਦੇ ਵਿੱਚ ਇੱਕ ਅਜਿਹੀ ਸ਼ਖਸੀਅਤ ਦੇ ਨਾਲ ਤੁਹਾਡੀ ਮੁਲਾਕਾਤ ਕਰਵਾਵਾਂਗੇ ਜਿਹੜੀ ਮਿਸਾਲ ਹੈ ਸਿਰਫ ਔਰਤਾਂ ਦੇ ਲਈ ਨਹੀਂ ਬਲਕਿ ਮੈਨੂੰ ਲੱਗਦਾ ਹੈ ਕਿ ਸਾਰੀ ਦੁਨੀਆਂ ਦੇ ਲਈ। ਇੱਕ ਔਰਤ ਹੋਣ ਦੇ ਬਾਵਜੂਦ ਜ਼ੁਲਮ ਦੇ ਖਿਲਾਫ਼ ਆਪਣੀ ਆਵਾਜ਼ ਬੁਲੰਦ ਕੀਤੀ, ਇਹਨੇ ਲੰਬੀ ਲੜਾਈ ਜਿਹੜੀ ਲੜੀ ਹੈ ਅਤੇ ਆਖਿਰਕਾਰ ਉਸ ਲੜਾਈ ਦੇ ਵਿੱਚ ਜਿੱਤ ਵੀ ਹਾਸਿਲ ਕੀਤੀ। ਅਤੇ ਜਦੋਂ ਕਹਿੰਦੇ ਨੇ ਕਿ ਗੁੜਤੀ ਇੰਨੀ ਜ਼ਿਆਦਾ ਜਨੂੰਨ ਵਾਲੀ ਮਿਲੀ ਹੋਵੇ ਤਾਂ ਇੰਨਾ ਜਿਹੜਾ ਹੌਂਸਲਾ ਹੈ ਉਹ ਆਪਣੇ ਆਪ ਦੇ ਵਿੱਚ ਆ ਜਾਂਦਾ ਹੈ। ਅਸੀਂ ਗੱਲ ਕਰ ਰਹੇ ਹਾਂ ਮਰਹੂਮ ਪੱਤਰਕਾਰ ਰਾਮ ਚੰਦਰ ਛਤਰਪਤੀ ਦੀ ਪੁੱਤਰੀ ਸ਼੍ਰੇਸੀ ਛਤਰਪਤੀ ਦੀ, ਜਿਹੜੇ ਸਾਡੇ ਨਾਲ ਮੌਜੂਦ ਨੇ। ਇੱਕ ਬੜੀ ਲੰਬੀ ਲੜਾਈ ਲੜਨ ਤੋਂ ਬਾਅਦ ਜਿਹੜੀ ਇੱਕ ਬਹੁਤ ਵੱਡੀ ਰਾਹਤ ਉਹਨਾਂ ਨੂੰ ਮਿਲੀ ਹੈ। ਸਭ ਤੋਂ ਪਹਿਲਾਂ ਸ਼੍ਰੇਸੀ ਬਹੁਤ ਬਹੁਤ ਮੁਬਾਰਕਾਂ ਜਸ ਪੰਜਾਬੀ ਵੱਲੋਂ। ਸ਼ੁਕਰੀਆ ਅੰਮ੍ਰਿਤ। ਸਭ ਤੋਂ ਪਹਿਲਾਂ ਜਦੋਂ ਦੋਸ਼ੀ ਕਰਾਰਿਆ ਗਿਆ ਗੁਰਮੀਤ ਰਾਮ ਰਹੀਮ ਬਲਾਤਕਾਰੀ, ਜਿਸ ਦਿਨ ਕਾਤਲ ਵੀ ਸਾਬਤ ਹੋ ਗਿਆ, ਸਭ ਤੋਂ ਪਹਿਲਾਂ ਕੀ ਮਹਿਸੂਸ ਹੋਇਆ? ਸਕੂਨ, ਸਾਰੀ ਫੈਮਿਲੀ ਸਕੂਨ 'ਚ ਸੀ ਕਿ ਫਾਦਰ ਦੀ ਆਤਮਾ ਨੂੰ ਅੱਜ ਸ਼ਾਂਤੀ ਮਿਲੀ ਹੋਏਗੀ ਔਰ ਅੱਜ ਉਹ ਖੁਸ਼ ਹੋਣਗੇ ਕਿ ਜਿਹੜੇ ਮਿਸ਼ਨ ਲਈ ਉਹ ਇਸ ਦੁਨੀਆਂ ਤੋਂ ਵਿਦਾ ਹੋਏ ਉਹ ਮਿਸ਼ਨ ਅੱਜ ਆਪਣੇ ਹਸ਼ਰ ਤੱਕ ਪਹੁੰਚੇ। ਕਿੰਨੇ ਸਾਲ ਜਿਹੜੀਆਂ ਨੀਂਦਾਂ ਸੀ ਉਹ ਗਵਾਈਆਂ ਅਤੇ ਕਿੰਨੇ ਸਾਲ ਬਾਅਦ ਇਹ ਸਕੂਨ ਜਿਹੜਾ ਮਿਲਿਆ? 16 ਸਾਲ ਮੇਰੀ ਮਦਰ ਨਹੀਂ ਸੁੱਤੀ, ਅੰਸ਼ੁਲ ਨਹੀਂ ਸੁੱਤਾ ਔਰ ਉਹਨਾਂ ਦੇ ਨਾਲ ਅਸੀਂ ਨਹੀਂ ਸੁੱਤੇ। ਦੋਸ਼ੀ ਕਰਾਰ ਦਿੱਤਾ ਗਿਆ ਉਹ ਅਧੂਰੀ ਰਾਹਤ ਸੀ, ਮੈਨੂੰ ਲੱਗਦਾ ਕਿ ਉਸ ਤੋਂ ਬਾਅਦ ਜਿਹੜੀਆਂ ਧੜਕਣਾਂ ਉਹ ਹੋਰ ਵੀ ਜ਼ਿਆਦਾ ਵੱਧ ਗਈਆਂ ਹੋਣੀਆਂ ਕਿ ਆਖਿਰਕਾਰ ਜਿਸ ਦਿਨ ਸਜ਼ਾ ਦਾ ਐਲਾਨ ਹੋਵੇਗਾ ਉਹ ਕੀ ਹੋਵੇਗਾ, ਅਤੇ ਉਹ ਜਿਹੜੇ ਵਿਚਲੇ 4-5 ਦਿਨ ਸੀਗੇ ਉਹ ਕਿੱਦਾਂ ਨਿਕਲੇ? ਕਨਵਿਕਸ਼ਨ ਤੋਂ ਬਾਅਦ ਅਸੀਂ ਇੱਕ ਵਾਰ ਕਾਫੀ ਖੁਸ਼ ਸੀ, ਲੇਕਿਨ ਜਿੱਦਣ ਸੈਂਟੈਂਸ ਯਾਨੀ ਕੱਲ੍ਹ ਦੀ ਗੱਲ ਕਰ ਰਹੀ ਹਾਂ, ਸੈਂਟੈਂਸ ਜਿੱਦਣ ਡਿਸਾਈਡ ਹੋਣਾ ਸੀ, ਸਾਰੀ ਰਾਤ ਮੈਂ ਸੁੱਤੀ ਨਹੀਂ ਔਰ ਰਾਤ ਨੂੰ ਵਾਰ ਵਾਰ ਪਾਪਾ ਨੂੰ ਯਾਦ ਕਰਦੇ ਕੁਛ ਲਿਖਣ ਦੀ ਕੋਸ਼ਿਸ਼ ਕਰ ਰਹੀ ਸੀ। ਸੁਬਹਾ ਕੱਲ੍ਹ ਸਾਰਾ ਦਿਨ ਅਸੀਂ ਕੁਛ ਖਾਇਆ ਨਹੀਂ ਔਰ ਕੁਛ ਖਾਣ ਦਾ ਦਿਲ ਵੀ ਨਹੀਂ ਕੀਤਾ। ਇਨਜ਼ਾਇਟੀ ਸੀ ਔਰ ਚਾਹੁੰਦੇ ਸੀ ਕਿ ਜੋ ਮੈਕਸੀਮਮ ਸਜ਼ਾ ਉਹਨੂੰ ਹੋ ਸਕਦੀ ਹੈ ਉਹ ਮੈਕਸੀਮਮ ਸਜ਼ਾ ਦਵਾਉਣ ਲਈ ਵਿੱਚ ਅਸੀਂ ਸਕਸੈਸਫੁਲ ਹੋ ਸਕੀਏ, ਅਤੇ ਬਸ ਸਾਰਾ ਦਿਨ ਇਨਜ਼ਾਇਟੀ 'ਚ ਬੀਤਿਆ ਔਰ ਕਾਫੀ ਲੰਬਾ ਟਾਈਮ ਸੀਗਾ। ਰਿਜ਼ਲਟ ਜੱਜ ਸਾਹਿਬ ਨੇ ਸੁਣਾਉਣ 'ਚ ਕਾਫੀ ਟਾਈਮ ਪਾ ਦਿੱਤਾ, ਸੋ ਪੂਰਾ ਦਿਨ ਅਸੀਂ ਅੱਖਾਂ ਟੀ ਵੀ ਦੇ ਸਾਹਮਣੇ ਵਿਛਾ ਕੇ ਬੈਠੇ ਰਹੇ। ਚਾਹੁੰਦੇ ਸੀ ਕਿ ਆਪ ਫੈਸਲਾ ਸੁਣਨ, ਸਜ਼ਾ ਸੁਣਨ ਆਪ ਜਾਈਏ ਔਰ ਉਸ ਹਤਿਆਰੇ ਨੂੰ ਆਪਦੀਆਂ ਅੱਖਾਂ ਨਾਲ ਦੇਖੀਏ ਕਿ ਉਹਦੇ ਮੱਥੇ 'ਤੇ ਸ਼ਿਕਨ ਕਿੱਦਾਂ ਲੱਗਦਾ ਹੈ, ਉਹਦੇ ਮੱਥੇ ਦੇ ਉੱਪਰ ਡਰ ਨਾਲ ਆਈਆਂ ਹੋਈਆਂ ਤਰੇਲੀਆਂ ਕਿੱਦਾਂ ਲੱਗਦੀਆਂ, ਉਹ ਦੇਖਣਾ ਚਾਹੁੰਦੀ ਸੀ ਮੈਂ ਆਪ ਕਿ ਛਤਰਪਤੀ ਦੇ ਨਾਮ ਨਾਲ ਅੱਜ ਉਹਦੇ ਮੱਥੇ 'ਤੇ ਕਿੰਨਾ ਡਰ ਹੋਏਗਾ। ਪਰ ਮੈਂ ਉਹ ਦੇਖ ਨਹੀਂ ਸਕੀ ਕਿਉਂਕਿ ਕੁਛ ਸਿਕਿਉਰਿਟੀ ਕੰਸਰਨਸ ਤੋਂ ਦੀ ਵਜ੍ਹਾ ਤੋਂ ਸਾਨੂੰ ਜਾਣ ਲਈ ਅਲਾਓ ਨਹੀਂ ਕੀਤਾ ਗਿਆ। ਤੁਹਾਨੂੰ ਦੱਸ ਦੇਵਾਂ ਕਿ 2002 ਦੇ ਵਿੱਚ ਪੱਤਰਕਾਰ ਰਾਮ ਚੰਦਰ ਛਤਰਪਤੀ ਜੀ ਦਾ ਕਤਲ ਹੋਇਆ ਸੀ। ਪੂਰਾ ਸੱਚ, ਪੂਰੇ ਸੱਚ ਦੀ ਜਿੱਤ ਹੋਈ ਹੈ। ਰਾਮ ਰਹੀਮ ਦੀਆਂ ਨੀਂਦਾਂ ਉਡਾਉਣ ਵਾਲੇ ਕਹਿ ਦਈਏ ਜਾਂ ਫਿਰ ਅੱਜ ਜੇਲ੍ਹ ਦੀਆਂ ਸਲਾਖਾਂ ਪਿੱਛੇ ਜਦੋਂ ਭੇਜਿਆ, ਕਿਉਂਕਿ ਜਦੋਂ ਸਾਧਵੀਆਂ ਦੇ ਨਾਲ ਬਲਾਤਕਾਰ ਮਾਮਲੇ ਦੇ ਵਿੱਚ ਰਾਮ ਰਹੀਮ ਨੂੰ ਜੇਲ੍ਹ ਦੀ ਸਜ਼ਾ ਹੋਈ ਤਾਂ ਉਸ ਸਮੇਂ ਇੱਕ ਨਾਮ ਜਿਹੜਾ ਸੀ ਉਹ ਸਾਰੇ ਪਾਸੇ ਗੂੰਜਿਆ ਸੀ, ਪੱਤਰਕਾਰ ਰਾਮ ਚੰਦਰ ਛਤਰਪਤੀ ਦਾ। ਸ਼੍ਰੇਸੀ, ਇਹ ਹੁਣ ਤਾਂ ਨਾਮ ਮੈਨੂੰ ਲੱਗਦਾ ਇਕੱਲੇ ਇਕੱਲੇ ਦੀ ਜ਼ੁਬਾਨ 'ਤੇ ਆ, ਪਰ ਉਸ ਤੋਂ ਪਹਿਲਾਂ ਜਿਹੜਾ ਹੈ ਉਹ ਨਾਮ ਇਹਨਾਂ ਚਰਚਾ ਦੇ ਵਿੱਚ ਨਹੀਂ ਸੀ। ਕਿੰਨਾ ਕੁ ਜ਼ਿਆਦਾ ਐਫਰਟ ਕਰਨਾ ਪਿਆ ਇਸ ਲੜਾਈ ਦੇ ਮੁਕਾਮ ਤੱਕ ਪਹੁੰਚਣ ਦੇ ਲਈ? ਐਫਰਟਸ ਬਹੁਤ ਵਰਡ ਹੈ ਮੈਨੂੰ ਲੱਗਦਾ, ਸਟਰਗਲਫੁੱਲ ਸੀਗੇ, ਪੇਨਫੁੱਲ ਸੀਗੇ, ਫਾਈਨੈਂਸ਼ੀਅਲ ਕ੍ਰਾਈਸਿਸ ਵੀ ਸੀਗਾ, ਸੋਸ਼ਲ ਕ੍ਰਾਈਸਿਸ ਵੀ ਸੀਗਾ। ਲੋਕ ਜਜ਼ਬੇ ਵਾਲੇ ਔਰ ਜੇਰੇ ਵਾਲੇ ਲੋਕ ਨਾਲ ਬਹੁਤ ਘੱਟ ਸੀਗੇ ਔਰ ਲੱਤਾਂ ਪਿੱਛੇ ਨੂੰ ਖਿੱਚਣ ਵਾਲੇ ਲੋਕ ਬਹੁਤ ਜ਼ਿਆਦਾ ਸੀਗੇ। ਬਾਰ ਬਾਰ ਹੌਸਲਾ ਪਸਤ ਕਰਨ ਦੇ ਪਿੱਛੇ ਬਹੁਤ ਸਾਰੇ ਕਾਰਨ ਸੀਗੇ, ਧਮਕੀਆਂ ਸੀਗੀਆਂ ਔਰ ਇੱਕ ਡਰ ਵੀ ਸੀਗਾ, ਡਰ ਦਾ ਮਾਹੌਲ ਸੀਗਾ, ਡਰ ਨਹੀਂ ਸੀ, ਡਰ ਦਾ ਮਾਹੌਲ ਆਸ ਪਾਸ ਜ਼ਰੂਰ ਸੀ। ਔਰ ਉਹਨਾਂ ਸਾਰਿਆਂ ਤੋਂ ਪਾਰ ਪਾਉਣ ਲਈ ਸਿਰਫ ਇੱਕ ਹੀ ਸੁਪਨਾ ਸੀਗਾ, ਉਹ ਔਰ ਉਹ ਸੁਪਨਾ ਮੇਰੇ ਫਾਦਰ ਨੇ ਦੇਖਿਆ ਸੀ ਕਿ ਇਹ
ਆਦਮੀ ਜਿਹੜਾ ਡੇਰੇ 'ਚ ਰੱਬ ਬਣ ਕੇ ਬੈਠਿਆ ਹੈ, ਇਹ ਜਿਹੜਾ ਇੱਕ ਆਪਣੇ ਆਪ ਨੂੰ ਖੁਦਾ ਕਹਿੰਦਾ ਹੈ, ਰਾਮ ਕਹਿੰਦਾ ਹੈ, ਰਹੀਮ ਕਹਿੰਦਾ ਹੈ, ਉਸ ਇਨਸਾਨ, ਉਸ ਆਦਮੀ, ਉਸ ਰਾਕਸ਼ਸ ਨੂੰ ਮੈਂ ਪਰਦਾ ਉਹਦਾ ਫਾਸ਼ ਕਿਸੇ ਤਰ੍ਹਾਂ ਕਰ ਸਕਾਂ। ਉਹ ਆਪਦੇ ਹੁੰਦੇ ਆਪਦੇ ਰਹਿੰਦੇ ਹੋਏ ਤਾਂ ਉਹ ਨਹੀਂ ਕਰ ਸਕੇ, ਪਰ ਆਖਰੀ ਸਾਹਾਂ ਤੱਕ ਉਹਨਾਂ ਦਾ ਸੁਪਨਾ ਇਹੀ ਰਿਹਾ। ਔਰ ਉਹ ਉਸ ਸੁਪਨੇ ਨੂੰ ਪੂਰਾ ਕਰਨ ਦੀ ਜਿਹੜੀ ਇੱਛਾ ਸੀ, ਉਹਨੇ 16 ਸਾਲ ਤੋਂ ਬਾਅਦ ਜਿਹੜਾ ਕੱਲ੍ਹ ਇਹ ਮੁਕਾਮ ਆਇਆ, ਕੱਲ੍ਹ ਜੋ ਜਿਹੜੀ ਸਜ਼ਾ ਗੁਰਮੀਤ ਨੂੰ ਸੁਣਾਈ ਗਈ, ਉਹਦੇ ਨਾਲ ਛਤਰਪਤੀ ਦਾ ਉਹ ਸੁਪਨਾ ਪੂਰਾ ਹੋਇਆ। ਔਰ ਉਹ ਜਿਹੜਾ ਪੇਨਫੁਲ ਸਟਰਗਲ, ਉਹ ਆਪਣੇ ਆਪ ਵਿੱਚ ਉਸ ਟਾਈਮ ਜ਼ੀਰੋ ਹੋ ਗਿਆ। ਜਿਹੜਾ ਇੰਨੇ ਸਾਲ ਦਾ ਇੰਤਜ਼ਾਰ ਸੀ, ਉਹ ਕਿਤੇ ਨਾ ਕਿਤੇ ਸੁਖਾਲਾ ਹੋ ਗਿਆ, ਅਤੇ ਕਿਤੇ ਨਾ ਕਿਤੇ ਉਹ ਜਿਹੜਾ ਮਰਮ ਲੱਗ ਗਿਆ ਜ਼ਖਮਾਂ 'ਤੇ, ਕਿਉਂਕਿ 16 ਸਾਲ ਜਿਹੜਾ ਹੈ ਉਹ ਘੱਟ ਸਮਾਂ ਨਹੀਂ ਹੁੰਦਾ। ਇੰਨੇ ਸਮੇਂ ਦੇ ਵਿੱਚ ਤੁਸੀਂ ਆਪਣੀ ਜ਼ਿੰਦਗੀ ਦੇ ਵਿੱਚ ਕਿੰਨੇ ਉਤਾਰ ਚੜ੍ਹਾਅ ਜਿਹੜੇ ਦੇਖੇ, ਅਤੇ ਸਭ ਤੋਂ ਉਹ ਟਾਈਮ ਕਿਹੜਾ ਸੀ ਜਦੋਂ ਲੱਗਾ ਕਿ ਕਿਤੇ ਨਾ ਕਿਤੇ ਹੁਣ ਮੈਂ ਟੁੱਟ ਰਹੀ ਹਾਂ? ਇੱਦਾਂ ਕਦੇ ਨਹੀਂ ਹੋਇਆ ਕਿ ਇੱਦਾਂ ਲੱਗਿਆ ਹੋਏ ਕਿ ਅਸੀਂ ਟੁੱਟ ਰਹੇ ਹਾਂ। ਜਦੋਂ ਪਹਿਲੀ ਵਾਰ ਗੁਰਮੀਤ ਨੂੰ ਕੋਰਟ 'ਚ ਪੇਸ਼ ਹੋਣ ਨੂੰ ਕਿਹਾ ਗਿਆ, ਤਾਂ ਸਾਡੀ ਉਹ ਪਹਿਲੀ ਜਿੱਤ ਸੀ। ਔਰ ਉਸ ਜਿੱਤ ਦੇ ਨਾਲ ਹੀ ਅੰਦਰ ਇੱਕ ਇਹ ਫਰਮ ਹੋ ਗਿਆ ਸੀ ਬਿਲੀਫ ਕਿ ਇਹ ਅੱਜ ਗੁਰਮੀਤ ਪਹਿਲੀ ਪੌੜੀ ਚੜ੍ਹਿਆ ਹੈ ਆਪਣੇ ਗੁਨਾਹਾਂ ਦੇ ਹਸ਼ਰ ਦੀ, ਔਰ ਇਹ ਹਸ਼ਰ ਦੀ ਆਖਰੀ ਪੌੜੀ ਵੀ ਇਹਨੂੰ ਅਸੀਂ ਜ਼ਰੂਰ ਚੜ੍ਹਾਵਾਂਗੇ, ਇਹ ਜੇਲ੍ਹ ਦੀਆਂ ਸਲਾਖਾਂ ਦੇ ਪਿੱਛੇ ਜਾਏਗਾ, ਔਰ ਇੱਕ ਦਿਨ ਇਹ ਫਾਂਸੀ ਤੱਕ ਵੀ ਚੜ੍ਹੇਗਾ। ਔਰ ਅੰਮ੍ਰਿਤ, ਤੁਹਾਨੂੰ ਵੀ ਪਤਾ ਹੈ ਕਿ ਕਾਫੀ ਸਾਰੇ ਕੇਸਿਸ ਨੇ ਜਿਹੜੇ ਹਜੇ ਪਾਈਪਲਾਈਨ 'ਚ ਨੇ। ਉਹਦੇ 'ਚ ਰਣਜੀਤ ਸਿੰਘ ਮਰਡਰ ਕੇਸ ਵੀ ਹੈ, ਇਸ ਤੋਂ ਪਹਿਲੇ ਦੋ ਜਿਹੜੀਆਂ ਸਾਧਵੀਆਂ ਦੇ ਬਲਾਤਕਾਰ ਦੇ ਦੋ ਰੇਪ ਕੇਸਿਸ 'ਚ ਵੀ ਇਹ 10-10 ਸਾਲ ਦੀ ਸਜ਼ਾ ਕੱਟ ਰਿਹਾ। ਛਤਰਪਤੀ ਮਰਡਰ ਕੇਸ 'ਚ ਹੁਣ ਆ ਗਈ ਹੈ ਸਜ਼ਾ, ਔਰ ਇਸ ਤੋਂ ਬਾਅਦ ਰਣਜੀਤ ਸਿੰਘ ਮਰਡਰ ਕੇਸ ਐਂਡ ਦੈਨ ਕਾਸਟਰੇਸ਼ਨ ਕੇਸ, ਔਰ ਇਸ ਤੋਂ ਬਾਅਦ ਹੋਰ ਨਿੱਕੇ ਕਈ ਹੈ ਕਿ ਹੁਣ ਬਲਾਤਕਾਰੀ ਅਤੇ ਕਾਤਲ ਜਿਹੜੇ 'ਚ ਸੜ ਕੇ ਮਰੇਗਾ। ਬਿਲਕੁਲ ਬਿਲਕੁਲ, ਅਤੇ ਬਿਲਕੁਲ ਇਸ ਜਨਮ 'ਚ ਬਾਹਰ ਨਹੀਂ ਆਏਗਾ। ਉਮਰ ਕੈਦ ਦੀ, ਕਿਉਂਕਿ CBI ਦੇ ਵਕੀਲਾਂ ਤੱਕ ਨੇ ਜਿਹੜੀ ਆ ਮੌਤ ਦੀ ਸਜ਼ਾ ਦੀ ਮੰਗ ਕੀਤੀ ਸੀ। ਬਹੁਤ ਵੱਡੀ ਗੱਲ ਹੈ ਕਿ ਜਦੋਂ ਆਪ ਵਕੀਲ ਕਿਸੇ ਮੁਲਜ਼ਮ ਦੇ ਲਈ ਸਜ਼ਾ ਦੀ ਮੰਗ ਕਰਨ, ਤੁਸੀਂ ਤਾਂ ਮੰਗ ਕਰ ਹੀ ਰਹੇ ਸੀ, ਜਦੋਂ ਉਮਰ ਕੈਦ ਦਾ ਸੁਣਿਆ ਉਹ ਕਿੱਦਾਂ ਦਾ ਲੱਗਾ? ਸੰਤੁਸ਼ਟੀ ਸੀ? ਬਿਲਕੁਲ ਸੰਤੁਸ਼ਟੀ ਸੀ, ਹਾਲਾਂਕਿ ਅਸੀਂ ਚਾਹੁੰਦੇ ਸੀ ਕਿ ਗੁਰਮੀਤ ਲਈ ਫਾਂਸੀ ਤੋਂ ਘੱਟ ਕੋਈ ਵੀ ਸਜ਼ਾ ਨਹੀਂ ਹੋਣੀ ਚਾਹੀਦੀ। ਪਰ ਮੈਂ ਕਹਿੰਦੀ ਹਾਂ ਕਿ ਰੋਜ਼ ਹੁਣ ਹਰ ਰੋਜ਼ ਮੇਰੇ ਫਾਦਰ ਦਾ ਕਫਨ ਉਹਦੇ ਗਲ 'ਚ ਫੰਦਾ ਬਣ ਕੇ ਰੋਜ਼ ਚੁੱਭੂਗਾ, ਹਰ ਰੋਜ਼, ਹਰ ਪਲ ਪਲ, ਤਿਲ ਤਿਲ ਉਹ ਮੇਰੇ ਮੇਰੇ ਪਿਤਾ ਛਤਰਪਤੀ ਨੂੰ ਯਾਦ ਕਰੇਗਾ, ਤੜਫੇਗਾ, ਆਪਦੇ ਗੁਨਾਹਾਂ ਨੂੰ ਯਾਦ ਕਰੇਗਾ। ਸ਼੍ਰੇਸੀ, ਜਦੋਂ ਗੱਲ ਕੁੜੀਆਂ ਦੀ ਆਉਂਦੀ ਹੈ, ਤੁਸੀਂ ਉਸ ਟਾਈਮ, ਜੇ ਮੈਂ ਗਲਤ ਨਹੀਂ ਹਾਂ, ਤਾਂ 16 ਸਾਲ ਦੇ ਸੀ। 16 ਸਾਲ ਦਾ ਸੰਘਰਸ਼ ਜਿਹੜਾ ਹੈ ਉਹ ਤੁਸੀਂ ਪੂਰਾ ਕੱਢਿਆ, ਅਤੇ ਇਸ 16 ਸਾਲ ਦੀ ਉਮਰ ਦੇ ਵਿੱਚ ਉਸ ਸਮੇਂ ਉਹ ਸਭ ਕੁਝ ਦੇਖ ਕੇ ਕਿਸ ਤਰ੍ਹਾਂ ਦਾ ਲੱਗਦਾ ਸੀ? ਫਾਦਰ 'ਤੇ ਕਾਫੀ ਕਲੋਜ਼ ਸੀ ਮੈਂ, ਥੋੜ੍ਹਾ ਬਹੁਤ ਲਿਖ ਲੈਂਦੀ ਸੀ। ਮੇਰੇ ਫਾਦਰ ਹੀ ਮੇਰੀਆਂ ਕਵਿਤਾਵਾਂ ਦੀ ਔਰ ਮੇਰੇ ਲੇਖਾਂ ਦੀ ਐਡੀਟਿੰਗ ਕਰਦੇ ਸੀ। ਔਰ ਜਿੱਦਣ ਮੈਂ ਲਿਖਦੀ ਸੀ ਕੁਛ, ਔਰ ਸਾਰਾ ਦਿਨ ਵੇਟ ਰਹਿੰਦੀ ਸੀ ਕਿ ਸ਼ਾਮ ਨੂੰ ਪਾਪਾ ਆਉਣਗੇ ਔਰ ਮੈਂ ਦਿਖਾਵਾਂਗੀ, ਥੋੜ੍ਹੀ ਸ਼ਾਬਾਸ਼ੀ ਮਿਲ ਜਾਂਦੀ ਸੀ, ਅਤੇ ਉਹ ਮੇਰੇ ਲਈ ਕਿਸੇ ਵੀ ਅਵਾਰਡ ਤੋਂ ਵੱਡੀ ਹੁੰਦੀ ਸੀ। ਜਿੱਦਣ ਉਹ ਚਲੇ ਗਏ, ਉਸ ਤੋਂ ਬਾਅਦ ਬਹੁਤ ਵਾਰੀ ਰਿਅਲਾਈਜ਼ ਕੀਤਾ, ਬਹੁਤ ਵਾਰੀ ਮਹਿਸੂਸ ਹੋਇਆ ਕਿ ਹੁਣ ਕੋਈ ਵੀ ਐਡੀਟਿੰਗ ਨਹੀਂ ਕਰੇਗਾ ਮੇਰੀਆਂ ਕਵਿਤਾਵਾਂ ਦੀ। ਉਸ ਸਮੇਂ ਵਿਸ਼ੇ ਸੀ ਜਦੋਂ ਚਲੇ ਗਏ ਹੋ, ਦਿਲਾਂ ਦੇ ਵਿੱਚ ਤਾਂ ਚਲੋ ਖੈਰ ਉਹ ਤੁਹਾਡੇ ਨਹੀਂ, ਸਾਡੇ ਸਾਰਿਆਂ ਦੇ ਦਿਲਾਂ 'ਚ ਜ਼ਿੰਦਾ ਹੈ, ਕਦੇ ਵਿਚਾਰ ਆਇਆ ਸੀ ਕਿ ਮੈਂ ਪੱਤਰਕਾਰਿਤਾ ਤੋਂ ਦੂਰ ਹੋ ਜਾਵਾਂ? ਨਹੀਂ, ਬਿਲਕੁਲ ਨਹੀਂ। ਹਾਲਾਂਕਿ ਮੈਂ ਕਾਫੀ ਦੇਰ ਪਹਿਲਾਂ ਹੀ ਇਹ ਫੈਸਲਾ ਲੈ ਚੁੱਕੀ ਸੀ, ਜਦੋਂ ਮੈਂ 8ਵੀਂ 9ਵੀਂ 'ਚ ਪੜ੍ਹਦੀ ਸੀ ਉਦੋਂ ਹੀ ਮੈਂ ਸੋਚਿਆ ਸੀ ਕਿ ਮੈਂ ਪੱਤਰਕਾਰਿਤਾ ਨੂੰ ਹੀ ਆਪਣਾ ਓਕੂਪੇਸ਼ਨ ਬਣਾਵਾਂਗੀ। ਔਰ ਲੇਕਿਨ ਮੈਂ ਪੱਤਰਕਾਰਿਤਾ ਨੂੰ ਪ੍ਰੈਕਟਾਈਜ਼ ਕਰਨਾ ਚਾਹੁੰਦੀ ਸੀਗੀ ਕਿ ਮੈਂ ਇਲੈਕਟ੍ਰੋਨਿਕ ਮੀਡੀਆ 'ਚ ਜਾਵਾਂ, ਲੇਕਿਨ ਪਰਿਸਥਿਤੀਆਂ ਉੱਦਾਂ ਦੀਆਂ ਰਹੀਆਂ ਅੰਮ੍ਰਿਤ ਕਿ ਮੈਂ ਪ੍ਰੈਕਟਾਈਜ਼ ਤਾਂ ਨਹੀਂ ਕਰ ਪਾਈ। ਔਰ ਉਸ ਤੋਂ ਬਾਅਦ ਮੈਨੂੰ ਕਿਸਮਤ ਨੇ ਆਪਣੇ ਆਪ ਹੀ ਕੁਛ ਇੱਦਾਂ ਦੇ ਇਸ਼ਾਰੇ ਦਿੱਤੇ ਕਿ ਮੈਨੂੰ ਟੀਚਿੰਗ ਵੱਲ ਜਾਣਾ ਚਾਹੀਦਾ, ਅਤੇ ਮੈਂ ਫਿਰ ਜਰਨਲਿਜ਼ਮ ਐਂਡ ਮਾਸ ਕਮਿਊਨੀਕੇਸ਼ਨ ਵਿੱਚ ਹੀ ਟੀਚਿੰਗ ਨੂੰ ਆਪਣਾ ਓਕੂਪੇਸ਼ਨ ਚੂਜ਼ ਕੀਤਾ। ਗੱਲ ਆਉਂਦੀ ਹੈ ਉਸ ਸਮੇਂ ਦੀ, ਤੁਸੀਂ ਛੋਟੇ ਸੀਗੇ, ਅੰਸ਼ੁਲ ਵੀ ਛੋਟੇ ਸੀਗੇ, ਜਦੋਂ ਪਰਿਵਾਰ ਦੇ ਵਿੱਚ ਜਦੋਂ
ਪੂਰਾ ਸੱਚ ਦੀ ਜਦੋਂ ਗੱਲ ਆਉਂਦੀ ਸੀ ਅਖਬਾਰ ਪਾਪਾ ਘਰ ਲੈ ਕੇ ਆਉਂਦੇ ਹੋਣਗੇ ਅਤੇ ਪਤਾ ਸੀਗਾ ਕਿ ਇਹ ਸਭ ਕੁਝ ਕੀ ਚੱਲ ਰਿਹਾ ਉਸ ਸਮੇਂ ਗੁਰਮੀਤ ਰਾਮ ਰਹੀਮ ਨੂੰ ਤੁਸੀਂ ਕੀ ਸਮਝਦੇ ਸੀਗੇ ਕੀ ਲੱਗਦਾ ਸੀ ਕਿ ਉਹ ਕੀ ਹੈ ਜੋ ਸਾਨੂੰ ਅੱਜ ਲੱਗਦਾ ਹੈ ਉਹੀ ਗੁਰਮੀਤ ਸਾਡੇ ਲਈ ਉਦੋਂ ਸੀ ਉਹ ਹਾਂ ਬਿਲਕੁਲ ਅਸੀਂ ਪਹਿਲੇ ਦਿਨ ਤੋਂ ਸਾਨੂੰ ਪਤਾ ਸੀਗਾ ਕਿ ਇਹ ਆਦਮੀ ਸਾਧ ਦੇ ਭੇਸ 'ਚ ਇੱਕ ਚੋਰ ਹੈ ਲੁਟੇਰਾ ਹੈ ਲੋਕਾਂ ਦੀ ਸ਼ਰਧਾ ਨਾਲ ਖੇਲਣ ਵਾਲਾ ਇੱਕ ਗੁੰਡਾ ਹੈ ਇਸ ਤੋਂ ਜ਼ਿਆਦਾ ਕੁਛ ਨਹੀਂ ਹੈ ਔਰ ਉਸੇ ਮਿਸ਼ਨ ਲਈ ਹੀ ਪਾਪਾ ਦਿਨ ਰਾਤ ਜੁਟੇ ਰਹੇ ਔਰ ਉਹਨਾਂ ਨੂੰ ਆਪਣੀ ਜਾਨ ਵੀ ਗਵਾਉਣੀ ਪਈ ਬਹੁਤ ਵਾਰ ਘਰ 'ਚ ਗੱਲ ਵੀ ਹੁੰਦੀ ਸੀ ਜਦੋਂ ਜਦੋਂ ਪਾਪਾ ਅਖਬਾਰ ਲੈ ਕੇ ਆਉਂਦੇ ਸੀ ਜਾਂ ਸਾਡੇ ਆਮ ਤੌਰ 'ਤੇ ਘਰ 'ਚ ਵੀ ਡਿਸਕਸ ਹੁੰਦਾ ਰਹਿੰਦਾ ਸੀਗਾ ਜਿੰਨੇ ਵੀ ਡੇਰਾ ਦੇ ਜਿਹੜੇ ਗਲਤ ਕਾਰਨਾਮੇ ਸੀ ਉਹਨਾਂ ਬਾਰੇ ਡਿਸਕਸ ਹੁੰਦਾ ਰਹਿੰਦਾ ਸੀਗਾ ਸੋ ਵੀ ਵਰ ਵੈਰੀ ਕਲੀਅਰ ਕਿ ਇਹ ਆਦਮੀ ਸਿਰਫ ਜਨਤਾ ਨੂੰ ਬੇਵਕੂਫ ਬਣਾ ਰਿਹਾ ਇਸ ਤੋਂ ਜ਼ਿਆਦਾ ਇਹ ਕੁਛ ਨਹੀਂ ਹੈ ਜਦੋਂ ਇਹ ਘਟਨਾ ਵਾਪਰ ਗਈ ਗੋਲੀ ਲੱਗੀ ਉਸ ਤੋਂ ਬਾਅਦ ਕਾਫੀ ਸਮਾਂ ਜਿਹੜਾ ਜਦੋਂ ਜਦ ਵੀ ਕਰਨ ਵੀ ਬਚਾਉਣ ਦੀ ਕੋਸ਼ਿਸ਼ ਵੀ ਕੀਤੀ ਚਲੋ ਜੋ ਪਰਮਾਤਮਾ ਨੂੰ ਮਨਜ਼ੂਰ ਸੀ ਉਹ ਹੋ ਗਿਆ ਉਸ ਤੋਂ ਬਾਅਦ ਘਰ ਦੇ ਵਿੱਚ ਕਿੰਨਾ ਕੁ ਪ੍ਰੈਸ਼ਰ ਸੀ ਸਭ ਤੋਂ ਜ਼ਿਆਦਾ ਮਾਂ ਦਾ ਕੀ ਰੋਲ ਰਿਹਾ ਕਿਉਂਕਿ ਉਸ ਸਮੇਂ ਉਹਨਾਂ ਦੇ ਉੱਪਰ ਸਭ ਤੋਂ ਪ੍ਰੈਸ਼ਰ ਸੀ ਉਹੀ ਸੀ ਜਿਹੜੇ ਚਾਹੁੰਦੇ ਤਾਂ ਤੁਹਾਨੂੰ ਇਸ ਮਿਸ਼ਨ ਤੋਂ ਪਰੇ ਕਰ ਸਕਦੇ ਸੀ ਉਹੀ ਸੀ ਜਿਨ੍ਹਾਂ ਨੇ ਇਸ ਮਿਸ਼ਨ 'ਤੇ ਤੁਹਾਨੂੰ ਡਟਾਈ ਰੱਖਿਆ ਉਹਨਾਂ ਦਾ ਕੀ ਉਸ ਸਮੇਂ ਪ੍ਰਤੀਕਰਮ ਮੇਰੀ ਮਦਰ ਮੇਰੇ ਫਾਦਰ ਨੂੰ ਰੋਕਦੇ ਹੁੰਦੇ ਸੀਗੇ ਕਿ ਥੋੜ੍ਹਾ ਸੋਚ ਕੇ ਲਿਖਿਆ ਕਰੋ ਡਰ ਕੇ ਲਿਖਿਆ ਕਰੋ ਔਰ ਮੇਰੇ ਫਾਦਰ ਨੇ ਹਰ ਵਾਰੀ ਉਹਨਾਂ ਨੂੰ ਇਹੀ ਕਿਹਾ ਕਿ ਜ਼ਿਆਦਾ ਜ਼ਿਆਦਾ ਲੱਤ ਬਾਂਹ ਤੋੜ ਲੈਣਗੇ ਇਸ ਤੋਂ ਜ਼ਿਆਦਾ ਨਹੀਂ ਕੁਛ ਕਰ ਸਕਦੇ ਅਤੇ ਇੱਦਾਂ ਨਾ ਸੋਚਿਆ ਕਰ ਕੁਛ ਨਹੀਂ ਹੋਊਗਾ ਬੁਰਾ ਕੁਛ ਨਹੀਂ ਹੋਏਗਾ ਇੱਦਾਂ ਨੀਚਤਾ ਦਾ ਅੰਦਾਜ਼ਾ ਪਾਪਾ ਨੂੰ ਵੀ ਨਹੀਂ ਸੀ ਕਿ ਉਹ ਇੰਨੇ ਗਿਰ ਜਾਣਗੇ ਅੰਦਾਜ਼ਾ ਸੀ ਪਰ ਕੋਈ ਵੀ ਆਪਣੇ ਬੱਚਿਆਂ ਜਾਂ ਆਪਣੀ ਵਾਈਫ ਨੂੰ ਡਰਾ ਕੇ ਤਾਂ ਨਹੀਂ ਰੱਖਦਾ ਨਾ ਹਾਂ ਲੇਕਿਨ ਇੱਦਾਂ ਜ਼ਰੂਰ ਉਹਨਾਂ ਦੀ ਰਾਈਟਿੰਗ ਵਿੱਚ ਵੀ ਲਿਖਿਆ ਹੋਇਆ ਕਿ ਮੈਂ ਆਪਣਾ ਕਫਨ ਆਪਣੇ ਸਾਥ ਲੈ ਕੇ ਚਲਤਾ ਹੂੰ ਔਰ ਉਹਨਾਂ ਦੇ ਜਿੱਦਣ ਉਹਨਾਂ 'ਤੇ ਇਹ ਹਾਦਸਾ ਹੁੰਦਾ ਹੈ ਉਹਨਾਂ ਨਾਲ ਉਹਨਾਂ 'ਤੇ ਅਟੈਕ ਹੁੰਦਾ ਹੈ ਉਸ ਤੋਂ ਜਸਟ 4 ਦਿਨ ਪਹਿਲੇ ਪੂਰਾ ਸੱਚ ਦੀ ਇੱਕ ਕਾਨਫਰੰਸ ਸੀ ਔਰ ਉਸ ਕਾਨਫਰੰਸ ਵਿੱਚ ਵੀ ਉਹਨਾਂ ਨੇ ਸਾਰੇ ਪੱਤਰਕਾਰਾਂ ਦੇ ਸਾਹਮਣੇ ਵੀ ਇਹ ਕਬੂਲਿਆ ਕਿ ਉਹਨਾਂ ਦਾ ਰਸਤਾ ਇੰਨਾ ਆਸਾਨ ਨਹੀਂ ਹੈ ਉਹਨਾਂ ਨੂੰ ਟਾਈਮ ਟੂ ਟਾਈਮ ਧਮਕੀਆਂ ਮਿਲ ਰਹੀਆਂ ਇੱਦਾਂ ਦਾ ਉਹਨਾਂ ਨੇ ਕਿਹਾ ਅਤੇ ਮੇਰੀ ਮਦਰ ਉਹਨਾਂ ਦੀ ਡੈਥ ਹੋਣ ਤੋਂ ਬਾਅਦ ਉਹਨਾਂ ਨੇ ਸਾਨੂੰ ਕਦੇ ਨਹੀਂ ਰੋਕਿਆ ਕਦੇ ਵੀ ਉਹਨਾਂ ਨੇ ਅੰਸ਼ੁਲ ਨੂੰ ਮਨਾ ਨਹੀਂ ਕੀਤਾ ਕਿ ਤੂੰ ਪਿੱਛੇ ਹਟ ਜਾ ਕਿਉਂਕਿ ਉਸ ਟਾਈਮ ਤੱਕ ਉਹ ਵੀ ਸਮਝ ਚੁੱਕੇ ਸੀਗੇ ਕਿ ਛਤਰਪਤੀ ਜਿਹੜੇ ਮਿਸ਼ਨ ਲਈ ਗਏ ਨੇ ਉਸ ਮਿਸ਼ਨ ਨੂੰ ਮੁਕਾਮ 'ਤੇ ਪਹੁੰਚਾਉਣਾ ਜ਼ਰੂਰੀ ਹੈ ਔਰ ਉਹਨਾਂ ਦੀ ਆਤਮਾ ਦੀ ਸ਼ਾਂਤੀ ਵੀ ਉਦੋਂ ਹੀ ਹੋਏਗੀ ਜਦੋਂ ਉਹ ਸਾਧ ਨੂੰ ਜਿਹੜੇ ਉਹਦੇ ਗੁਨਾਹਾਂ ਦੀ ਸਜ਼ਾ ਮਿਲ ਜਾਏਗੀ ਅੱਜ ਜੇਕਰ ਗੱਲ ਕੀਤੀ ਜਾਵੇ ਅਸੀਂ ਨੌਜਵਾਨ ਜਿਹੜੇ ਪਤਾ ਨਹੀਂ ਕਿਹੜੇ ਕਿਹੜੇ ਰਸਤਿਆਂ 'ਤੇ ਪਏ ਹੋਏ ਨੇ ਭਟਕੇ ਹੋਏ ਨੇ ਉਸ ਉਮਰ ਦੇ ਵਿੱਚ ਵੀ ਅੰਸ਼ੁਲ ਨੇ ਆਪਣੇ ਕਰੀਅਰ ਬਾਰੇ ਨਹੀਂ ਸੋਚਿਆ ਉਹਨੇ ਕੁਛ ਨਹੀਂ ਸੋਚਿਆ ਕਿ ਮੈਂ ਜੇਕਰ ਇਸ ਲੜਾਈ ਦੇ ਵਿੱਚ ਪੈ ਜਾਵਾਂਗਾ ਤਾਂ ਮੇਰਾ ਅੱਗੇ ਦਾ ਭਵਿੱਖ ਖਰਾਬ ਹੋ ਸਕਦਾ ਹੈ ਪਰ ਫਿਰ ਵੀ ਉਹਨੇ ਲੜਾਈ ਜਿਹੜੀ ਹੈ ਉਹ ਜਾਰੀ ਰੱਖੀ ਅਤੇ ਮੈਨੂੰ ਲੱਗਦਾ ਕਿ ਅੱਜ ਉਸ ਲੜਾਈ ਦਾ ਨਤੀਜਾ ਹੈ ਕਿ ਅੱਜ ਇਹ ਮੁਕਾਮ ਹਾਸਲ ਹੋ ਗਿਆ ਹੈ ਅੰਸ਼ੁਲ ਦੇ ਲਈ ਇਹ ਇੰਨੇ ਸਾਲਾਂ ਦਾ ਜਿਹੜਾ ਸਫ਼ਰ ਹੈ ਉਹ ਕਿਸ ਤਰੀਕੇ ਦਾ ਕਿੰਨਾ ਕੁ ਚੁਣੌਤੀ ਭਰਿਆ ਰਿਹਾ ਮੈਨੂੰ ਲੱਗਦਾ ਕਿ ਮੈਂ ਅੱਜ ਹੀ ਸੋਚ ਰਹੀ ਸੀ ਕਿ ਸ਼ਾਇਦ ਉਹਨੇ ਇਹਨਾਂ 16 ਸਾਲਾਂ ਦੇ ਵਿੱਚ ਆਪਦੇ ਬਾਰੇ ਕੁਛ ਸੋਚਿਆ ਹੀ ਨਹੀਂ ਕੁਛ ਵੀ ਨਹੀਂ ਉਹਨੇ ਇਹ ਵੀ ਨਹੀਂ ਸੋਚਿਆ ਹੋਏਗਾ ਕਿ ਮੈਂ ਕੀ ਕਰਨਾ ਇਸ ਤੋਂ ਬਾਅਦ ਕੀ ਕਰਨਾ ਕਿਉਂਕਿ ਉਹਨੇ ਸਿਰਫ ਛਤਰਪਤੀ ਨੂੰ ਨਿਆਂ ਦਿਵਾਉਣ ਲਈ ਇੱਕ ਜਿਹੜਾ ਮਿਸ਼ਨ ਛੇੜਿਆ ਸੀ ਉਹਨੂੰ ਹੀ ਜੀਆ ਹੈ ਆਪਦੇ ਹਰ ਸਾਹ ਦੇ ਨਾਲ ਉੱਠਦੇ ਬੈਠਦੇ ਜਾਗਦੇ ਸੌਂਦੇ ਖਾਂਦੇ ਪੀਂਦੇ ਸਿਰਫ ਕਿ ਪਾਪਾ ਨੂੰ ਮੈਂ ਨਿਆਂ ਕਿੱਦਾਂ ਦਿਵਾਉਣਾ ਇਸ ਤੋਂ ਇਲਾਵਾ ਉਹਨੇ ਕੁਛ ਸੋਚਿਆ ਹੀ ਨਹੀਂ ਉਹਨੇ ਕਦੇ ਨਹੀਂ ਸੋਚਿਆ ਕਿ ਉਹਨੂੰ ਜ਼ਿੰਦਗੀ 'ਚ ਕੀ ਬਣਨਾ ਚਾਹੀਦਾ ਸੀ ਜਾਂ ਮੈਨੂੰ ਨਹੀਂ ਲੱਗਦਾ ਕਿ ਉਹਨੇ ਕਦੇ ਸਾਨੂੰ ਇਹ ਰਿਅਲਾਈਜ਼ ਕਰਵਾਇਆ ਹੋਏ ਕਿ ਮੇਰੀ ਜ਼ਿੰਦਗੀ ਕੁਛ ਹੋਰ ਹੋ ਸਕਦੀ ਸੀ ਉਹਨੇ ਕਦੇ ਵੀ ਇਸ ਚੀਜ਼ ਲਈ ਕਿਸੇ ਨੂੰ ਬਲੇਮ ਨਹੀਂ ਕੀਤਾ ਨਾ ਹੀ ਕਦੇ ਕਿਸਮਤ ਨੂੰ ਬਲੇਮ ਕੀਤਾ ਕਿ ਮੈਂ ਸਾਰੀਆਂ ਮੁਸ਼ਕਲਾਂ ਮੇਰੇ 'ਤੇ ਆ ਗਈਆਂ ਜਾਂ ਕੁਛ ਇੱਦਾਂ ਨਹੀਂ ਉਹ ਉਸੇ ਜਨੂੰਨ ਨਾਲ ਹਮੇਸ਼ਾ ਬਲਕਿ ਸਾਡੇ ਲਈ ਵੀ ਉਹ ਇੱਕ ਮਿਸਾਲ ਹੀ ਬਣਿਆ ਰਿਹਾ ਉਹੀ ਹੌਂਸਲਾ ਜਿਹੜਾ ਹੈ ਉਹ ਉੱਥੋਂ ਹੀ ਤੁਹਾਨੂੰ ਹੋਰ ਮਿਲਦਾ ਰਿਹਾ ਸ਼ਸੀ ਜਦੋਂ 16 ਸਾਲ ਦਾ ਸਕੂਲ ਤੁਸੀਂ ਉਸ ਸਮੇਂ ਖਤਮ ਕੀਤਾ ਉਸ ਤੋਂ ਬਾਅਦ ਕਾਲਜ ਗਏ ਯੂਨੀਵਰਸਿਟੀ ਗਏ ਉਸ ਸਮੇਂ ਦੇ ਵਿੱਚ ਓਨੈਸਟਲੀ ਕਿੰਨੀ ਕੁ ਵਾਰ ਧਮਕੀਆਂ ਮਿਲੀਆਂ ਜਾਂ ਡਰ ਕਦੀ ਲੱਗਾ ਨਹੀਂ ਕਦੇ ਧਮਕੀਆਂ ਮੈਨੂੰ ਪਰਸਨਲੀ ਮਿਲੀਆਂ ਹੁਣ ਇੱਦਾਂ ਕੁਛ ਨਹੀਂ ਹੋਇਆ ਨਾ ਹੀ ਕਦੇ ਡਰ ਲੱਗਿਆ ਡਰ ਤਾਂ ਬਿਲਕੁਲ ਨਹੀਂ ਲੱਗਿਆ ਵੀ ਵਰ ਆਲਵੇਜ਼ ਪ੍ਰਾਊਡ
ਦੈਟ ਅਸੀਂ ਇੰਨੇ ਬਰੇਵ ਇਨਸਾਨ ਦੇ ਬੱਚੇ ਹਾਂ ਔਰ ਉਹੀ ਬਰੇਵਰੀ ਸਾਨੂੰ ਗੁੜਤੀ 'ਚ ਮਿਲੀ ਹੈ, ਡਰ ਕਦੇ ਸਾਡੀਆਂ ਅੱਖਾਂ 'ਚ ਜਾਂ ਸਾਡੇ ਜ਼ਹਿਨ 'ਚ ਕਦੇ ਨਹੀਂ। ਇਹੀ ਕਾਰਨ ਹੈ ਕਿ ਇਹਨਾਂ ਸਭ ਕੁਝ ਆਪਣੀ ਅੱਖਾਂ ਦੇ ਸਾਹਮਣੇ ਦੇਖਣ ਦੇ ਬਾਵਜੂਦ ਵੀ ਤੁਸੀਂ ਪੱਤਰਕਾਰਤਾ ਨੂੰ ਹੀ ਜਿਹੜਾ ਚੁਣਨ ਦਾ ਫੈਸਲਾ ਲਿਆ। ਜੀ ਬਿਲਕੁਲ। ਫੈਸਲੇ ਦੇ ਉੱਪਰ ਕਦੀ ਦੋ ਰਾਏ ਤਾਂ ਨਹੀਂ ਸੋਚਣ ਨੂੰ ਮਜਬੂਰ ਤਾਂ ਨਹੀਂ ਹੋਏ? ਬਿਲਕੁਲ ਵੀ ਨਹੀਂ। ਅੱਜ ਤੱਕ ਕਦੇ ਨਹੀਂ ਸੋਚਿਆ ਕਿ ਕੁਛ ਹੋਰ ਬਣ ਜਾਣਾ ਚਾਹੀਦਾ ਸੀ ਜਾਂ ਕਿਸੇ ਸ਼ਾਇਦ ਕਿਸੇ ਹੋਰ ਨੌਕਰੀ 'ਚ ਹੁੰਦੇ ਤਾਂ ਬਿਹਤਰ ਕਮਾਈ ਹੋ ਸਕਦੀ ਸੀ ਜਾਂ ਕੁਛ ਹੋਰ ਫਾਇਦੇ ਵਾਲਾ ਸੌਦਾ ਕੀਤਾ ਜਾ ਸਕਦਾ ਸੀ। ਨਹੀਂ, ਮੇਰੇ ਫਾਦਰ ਲਈ ਵੀ ਆਪਣਾ ਓਕਿਊਪੇਸ਼ਨ ਕਦੇ ਸੌਦਾ ਜਾਂ ਕਦੇ ਵਪਾਰ ਨਹੀਂ ਸੀ ਔਰ ਮੇਰੇ ਲਈ ਵੀ ਨਹੀਂ। ਇੱਕ ਹੋਰ ਬੜੀ ਇੰਪੋਰਟੈਂਟ ਗੱਲ ਕਿ ਤੁਸੀਂ ਆਪਣਾ ਜੀਵਨ ਜਿਹੜਾ ਹੈ ਉਹ ਅੱਗੇ ਗ੍ਰਸਤੀ ਦੇ ਵਿੱਚ ਪੈ ਗਏ, ਹਸਬੈਂਡ ਦਾ ਅਤੇ ਇਨਲੋਸ ਦਾ ਕਿੰਨਾ ਕੁ ਸਪੋਰਟ ਸੀ? ਹਸਬੈਂਡ ਆਲਵੇਜ਼ ਸਪੋਰਟਿਵ ਨੇ, ਮੇਰੇ ਇਨਲੋਸ ਉਹਨਾਂ ਤੋਂ ਵੀ ਜ਼ਿਆਦਾ ਸਪੋਰਟਿਵ ਨੇ। ਮੈਂ ਇੱਕ ਫਾਦਰ ਨੂੰ ਗਵਾਇਆ ਔਰ ਦੂਸਰੇ ਫਾਦਰ ਨੂੰ ਗਵਾਇਆ। ਮੇਰੇ ਫਾਦਰ ਇਨ ਲੋ ਬਹੁਤ ਜ਼ਿਆਦਾ ਲਵਿੰਗ ਨੇਚਰ ਦੇ ਨੇ ਔਰ ਮਦਰ ਇਨ ਲੋ ਉਹਨਾਂ ਤੋਂ ਵੀ ਜ਼ਿਆਦਾ। ਔਰ ਮੇਰੇ ਹਸਬੈਂਡ ਤਾਂ ਬਹੁਤ ਜ਼ਿਆਦਾ ਇਸ ਕੇਸ ਲਈ ਕੰਸਰਨ ਰਹੇ ਮੇਰੇ ਫਾਦਰ ਦੀ ਡੈਥ ਹੋਣ ਤੋਂ ਬਾਅਦ। ਔਰ ਮੇਰੇ ਹਸਬੈਂਡ ਨੂੰ ਮੇਰੇ ਮਿਲਣ ਤੋਂ ਪਹਿਲਾਂ ਤੱਕ ਵੀ ਉਹ ਇਸ ਕੇਸ ਨਾਲ ਜੁੜੇ ਹੋਏ ਸੀ ਔਰ ਉਹ ਜਦੋਂ ਸਾਡਾ ਰਿਸ਼ਤਾ ਤੈਅ ਹੋਇਆ ਤਾਂ ਉਸ ਤੋਂ ਬਾਅਦ ਉਹ ਕਾਫੀ ਖੁਸ਼ ਸੀ ਕਿ ਮੈਂ ਇੰਨੇ ਬਰੇਵ ਇਨਸਾਨ ਦੀ ਧੀ ਨਾਲ ਮੇਰਾ ਰਿਸ਼ਤਾ ਜੁੜਨ ਜਾ ਰਿਹਾ। ਲੱਗਦਾ ਕਿ ਜਿੱਥੇ ਛਤਰਪਤੀ ਪਰਿਵਾਰ ਦੀ ਸ਼ਲਾਘਾ ਕਰਨੀ ਬਣਦੀ ਹੈ ਉੱਥੇ ਸ਼ੇਸੀ ਦੇ ਜਿਹੜੇ ਹਸਬੈਂਡ ਨੇ ਉਹ ਵੀ ਪੂਰੇ ਕਾਬਿਲੇ ਤਾਰੀਫ ਦੇ ਪਾਤਰ ਨੇ, ਕਿਉਂਕਿ ਇੱਕ ਸਾਥ ਜਿਹੜਾ ਮਿਲਣਾ ਬਹੁਤ ਜ਼ਰੂਰੀ ਹੁੰਦਾ ਹੈ। ਮੈਨੂੰ ਲੱਗਦਾ ਕਿ ਜੇਕਰ ਉਹਨਾਂ ਦਾ ਸਾਥ ਨਾ ਹੁੰਦਾ ਤਾਂ ਕਿਤੇ ਨਾ ਕਿਤੇ ਡੋਲ ਸਕਦੇ ਸੀ, ਕਿਉਂਕਿ ਆਪਣੇ ਪਰਿਵਾਰ ਤੋਂ ਹਟ ਕੇ ਜਦੋਂ ਦੂਜੇ ਪਰਿਵਾਰ 'ਚ ਆਉਂਦੀ ਕੁੜੀ ਤਾਂ ਬਹੁਤ ਕੁਛ ਸੋਚਣਾ ਪੈਂਦਾ। ਬਿਲਕੁਲ। ਮੈਂ ਜਿਸ ਦਿਨ ਵਰਡਿਕਟ ਆਈ ਹੈ ਮੇਰੇ ਨਾਲ ਮੇਰੇ ਹਸਬੈਂਡ ਵੀ ਰੋਏ ਔਰ ਜਦੋਂ ਸਜ਼ਾ ਹੋਈ ਹੈ ਤਾਂ ਮੇਰੇ ਨਾਲ ਮੇਰੇ ਹਸਬੈਂਡ ਵੀ ਨੱਚੇ ਹੈ। ਸੋ ਇੱਥੋਂ ਹੀ ਤੁਸੀਂ ਅੰਦਾਜ਼ਾ ਲਾ ਸਕਦੇ ਹੋ ਕਿ ਮੇਰੇ ਫਾਦਰ ਔਰ ਮੇਰੇ ਇਮੋਸ਼ਨਸ ਮੇਰੇ ਹਸਬੈਂਡ ਦੇ ਕਿੰਨੇ ਕਰੀਬ ਹੋਣਗੇ। ਅੱਜ ਪੂਰੇ ਪਰਿਵਾਰ ਦੇ ਲਈ ਜਿਹੜਾ ਹੈ ਉਹ ਪੂਰਾ ਜਸ਼ਨ ਦਾ ਮਾਹੌਲ ਹੈ, ਬਹੁਤ ਖੁਸ਼ੀ ਦਾ ਦਿਨ ਹੈ, ਕਿਉਂਕਿ ਇੰਨੇ ਲੰਬੇ ਸਮੇਂ ਤੋਂ, ਬਨਵਾਸ ਵੀ 14 ਸਾਲ ਦਾ ਸੀ ਪਰ ਇਹਨਾਂ ਦਾ ਤਾਂ ਬਨਵਾਸ ਜਿਹੜਾ ਉਸ ਤੋਂ ਵੀ ਲੰਬਾ ਹੋ ਗਿਆ 16 ਸਾਲ ਦਾ। ਸ਼੍ਰੇਸੀ, ਇੱਕ ਹੋਰ ਜਿਹੜੀ ਵੱਡੀ ਗੱਲ ਕਿ ਹੋਰ ਬਹੁਤ ਸਾਰੇ ਕੇਸਿਸ ਨੇ ਰਾਮ ਰਹੀਮ 'ਤੇ, ਚਾਹੇ ਉਹ ਸਾਧੂਆਂ ਨੂੰ ਨਪੁੰਸਕ ਬਣਾਉਣ ਦਾ ਮਾਮਲਾ ਹੋਵੇ, ਰਣਜੀਤ ਸਿੰਘ ਦਾ ਹੱਤਿਆ ਦਾ ਮਾਮਲਾ ਹੋਵੇ, ਇੱਦਾਂ ਦੇ ਪਤਾ ਨਹੀਂ ਹੋਰ ਕਿੰਨੇ ਕੁ ਕੇਸਿਸ ਨੇ। ਬੇਸ਼ੱਕ ਉਮਰ ਕੈਦ ਦੀ ਸਜ਼ਾ ਹੋ ਗਈ ਹੈ, 20 ਸਾਲ ਬਲਾਤਕਾਰ ਦੀ ਸਜ਼ਾ ਭੁਗਤਣ ਤੋਂ ਬਾਅਦ ਉਮਰ ਕੈਦ ਸ਼ੁਰੂ ਹੋਵੇਗੀ, ਪਰ ਅਜੇ ਵੀ ਜਿਹੜੇ ਬਹੁਤ ਸਾਰੇ ਕੇਸਿਸ ਨੇ, ਕੀ ਸੋਚਦੇ ਹੋ? ਫੈਸਲਾ ਜੋ ਵੀ ਹੋਵੇ ਪਰ ਦਿਲੋਂ ਚਾਹੁੰਦੇ ਹੋ ਕਿਹੜਾ ਫੈਸਲਾ ਹੋਵੇ? ਰਿਪੀਟਿਡ ਓਫੈਂਸ 'ਚ ਇਹਨੂੰ ਫਾਂਸੀ ਹੋਣੀ ਚਾਹੀਦੀ ਹੈ, ਕਿਉਂਕਿ ਇਸ ਰਾਕਸ਼ਸ ਨੇ ਕੋਈ ਇੱਕ ਜੁਰਮ ਨਹੀਂ ਕੀਤਾ, ਵਾਰ ਵਾਰ ਆਪਦੀ ਤਾਕਤ ਆਪਦੀ ਸ਼ਕਤੀ ਦੇ ਵਿੱਚ ਅੰਨਾ ਹੋ ਕੇ ਔਰ ਪਤਾ ਨਹੀਂ ਕਿਸ ਤਰ੍ਹਾਂ ਦੇ ਇਹਨੂੰ ਈਗੋ ਇਸ਼ੂਜ਼ ਇਹਦੇ ਨਾਲ ਕ੍ਰੀਏਟ ਹੋਏ ਕਿ ਉਹਨੂੰ ਲੱਗਿਆ ਕਿ ਮੈਂ ਹੀ ਰੱਬ ਬਣ ਗਿਆ ਔਰ ਇਸ ਤੋਂ ਬਾਅਦ ਸ਼ਾਇਦ ਕੋਈ ਅਦਾਲਤ ਨਹੀਂ। ਪਰ ਇਹ ਇਸੇ ਹੀ ਸ਼ਾਇਦ ਭੁਲੇਖੇ 'ਚੋਂ ਵਾਰ ਵਾਰ ਗੁਨਾਹ ਕਰਦਾ ਗਿਆ ਔਰ ਡੈਫੀਨੇਟਲੀ ਮੇਰਾ ਮਨ ਇਹੀ ਮੰਨਦਾ ਹੈ ਕਿ ਕਦੇ ਨਾ ਕਦੇ ਇਹਨੂੰ ਇਹ ਰੇਅਰੈਸਟ ਆਫ ਰੇਅਰ ਕੇਸ ਦੇ ਅੰਡਰ ਜਾਊਗਾ, ਫਾਂਸੀ ਦੀ ਸਜ਼ਾ ਦਾ ਹੱਕਦਾਰ ਹੋਊਗਾ। ਇੰਨਾ ਲੰਬਾ ਸਮਾਂ ਕਿਉਂ ਲੱਗ ਗਿਆ, ਕਾਰਨ ਕੀ ਸਮਝਦੇ ਹੋ ਕਿ ਕਿੱਥੇ ਢਿੱਲ ਰਹੀ ਹੈ? ਪ੍ਰਸ਼ਾਸਨ ਢਿੱਲਾ ਸੀ, ਉਸ ਸਮੇਂ ਦੀਆਂ ਸਰਕਾਰਾਂ ਢਿੱਲੀਆਂ ਸੀ, ਆਖਿਰਕਾਰ ਇੰਨਾ ਲੰਬਾ ਸਮਾਂ ਕੇਸ ਕਿਉਂ ਲਟਕਾਇਆ ਗਿਆ, ਕਿਹਦੀ ਸ਼ੈ ਸੀਗੀ? ਮਰਡਰਰ ਕਲਪ੍ਰਿਟ ਜਾਣਦਾ ਸੀ ਕਿ ਉਹ ਡਿਲੇਅ ਕਰ ਸਕਦਾ, ਇਸ ਤੋਂ ਜ਼ਿਆਦਾ ਕੁਛ ਨਹੀਂ ਕਰ ਸਕਦਾ ਔਰ ਉਹ ਡਿਲੇਅ ਕਰਵਾਉਂਦਾ ਰਿਹਾ, ਕਿਸੇ ਨਾ ਕਿਸੇ ਤਰ੍ਹਾਂ ਕੋਈ ਨਾ ਕੋਈ ਟੈਕਟ ਯੂਜ ਕਰਕੇ ਆਪਣੇ ਕਦੇ ਕਿ ਜੀ ਮੇਰੇ ਡਿਸਕ 'ਚ ਪ੍ਰੋਬਲਮ ਹੈ, ਮੇਰੇ ਹੈਲਥ ਇਸ਼ੂਜ਼ ਨੇ, ਮੇਰੀ ਜਾਨ ਨੂੰ ਖਾਲਿਸਤਾਨੀਆਂ ਤੋਂ ਖਤਰਾ ਹੈ ਔਰ ਇੱਦਾਂ ਇੱਦਾਂ ਦੇ ਮੇਰੇ ਨੂੰ ਬੱਬਰ ਖਾਲਸਾ ਤੋਂ ਖਤਰਾ ਹੈ। ਖੁਦ ਵੀ ਇਹਨਾਂ ਨੇ ਫੇਕ ਵੀ ਆਪਣੇ ਖਿਲਾਫ ਆਪਣੇ 'ਤੇ ਕਈ ਅਟੈਕ ਕਰਵਾਏ ਜੀ ਕਿ ਮੈਨੂੰ ਟ੍ਰਾਇਲ ਲਈ ਨਾ ਜਾਣਾ ਪਏ, ਸ਼ਾਇਦ ਮੈਨੂੰ ਕੁਛ ਇੱਦਾਂ ਦਾ ਉਹ ਟਾਈਮ ਪੀਰੀਅਡ ਕੁਛ ਗੈਪ ਮਿਲ ਜਾਏ ਕਿ ਕੇਸ ਲਟਕ ਜਾਏ ਔਰ ਇੱਦਾਂ ਦੇ ਵੀ ਕਰਦੇ ਰਹੇ ਔਰ ਉਸ ਤੋਂ ਇਲਾਵਾ ਕਈ ਵਾਰ ਜੱਜਿਸ ਚੇਂਜ ਵੀ ਹੋਏ। ਤੋ ਉਹਦੇ ਤੋਂ ਪਤਾ ਚੱਲਦਾ ਕਿ ਸਿਸਟਮ ਪੂਰਾ ਸਾਡੇ ਆਪਣੇ ਅਕੋਰਡਿੰਗ ਸ਼ੁਰੂ ਤੋਂ ਨਹੀਂ ਚੱਲ ਰਿਹਾ ਸੀਗਾ, ਸਰਕਾਰਾਂ ਵੀ ਸਾਡੇ ਅਗੇਂਸਟ ਸੀਗੀਆਂ ਔਰ ਟਾਈਮ ਟੂ ਟਾਈਮ ਬੜੇ ਮੇਨ ਪੋਲੀਟੀਸ਼ੀਅਨਸ ਨੇ ਵੀ ਇੱਦਾਂ ਕੋਸ਼ਿਸ਼ ਕੀਤੀ ਕਿ ਕਿਸੇ ਤਰ੍ਹਾਂ ਇਹਨਾਂ ਦਾ ਸੈਟਲਮੈਂਟ
ਕਰਵਾਈ ਜਾਏ ਆਪਸ 'ਚ। ਹੁਣ ਤੱਕ ਜਦੋਂ ਗੱਲ ਆਉਂਦੀ ਹੈ ਤਾਂ ਸਰਕਾਰਾਂ ਦਾ ਵੀ ਜਿਹੜਾ ਰੋਲ ਹੈ, ਸ਼ਮੂਲੀਅਤ ਹੈ, ਗੁਰਮੀਤ ਰਾਮ ਰਹੀਮ ਦੇ ਨਾਲ ਕਈ ਵਾਰ ਜਿਹੜੀ ਸਾਹਮਣੇ ਆਈ ਹੈ, ਇਹੀ ਕਾਰਨ ਹੈ ਕਿ ਜਿਹੜਾ ਹੈ ਉਹ ਇੰਨੀ ਦੇਰ ਤੱਕ ਮਾਮਲਾ ਜਿਹੜਾ ਉਹ ਲਟਕਦਾ ਰਹਿ ਗਿਆ। ਜੇਕਰ ਪ੍ਰਸ਼ਾਸਨ ਅਤੇ ਸਰਕਾਰਾਂ ਸਾਡੀਆਂ ਚਾਹੁੰਦੀਆਂ ਤਾਂ ਮੇ ਬੀ ਜਿਹੜਾ ਇਨਸਾਫ਼ ਪਹਿਲਾਂ ਮਿਲ ਜਾਂਦਾ। ਚਲੋ ਦੇਰ ਆਏ ਦਰੁਸਤ ਹੈ ਸ਼੍ਰੇਸੀ, ਇੱਕ ਪਾਸੇ ਸਰਕਾਰਾਂ, ਪ੍ਰਸ਼ਾਸਨ, ਗੁਰਮੀਤ ਰਾਮ ਰਹੀਮ ਜਿਹੜਾ ਆਪਣੇ ਆਪ ਦੇ ਵਿੱਚ ਉਸ ਵੇਲੇ ਬਹੁਤ ਵੱਡੀ ਸ਼ਖਸੀਅਤ ਬਣਿਆ ਸੀ, ਜ਼ੈੱਡ ਪਲੱਸ ਸਿਕਿਉਰਿਟੀ ਜਿਹਦੇ ਕੋਲ ਸੀ, ਹਰ ਇੱਕ ਚੀਜ਼ ਜਿਹੜੀ ਉਹਦੇ ਹੱਥ 'ਚ ਸੀ, ਆਪਣਾ ਹੀ ਉਹਨੇ ਸਮਰਾਜ ਬਣਾਇਆ ਪਿਆ ਸੀ, ਔਰ ਇੱਕ ਪਾਸੇ ਸੀ ਇਕੱਲਾ ਛਤਰਪਤੀ ਪਰਿਵਾਰ, ਚਾਰ ਮੈਂਬਰਾਂ ਦਾ ਪਰਿਵਾਰ। ਲੱਗਦਾ ਸੀ ਕਿ ਇਹ ਜਿਹੜੀ ਇੰਨੀ ਵੱਡੀ ਲੜਾਈ ਇੱਕ ਸਮਰਾਜੇ ਦੇ ਨਾਲ, ਇਹ ਜਿੱਤ ਪਾਵਾਂਗੇ? ਕਦੇ ਨਹੀਂ ਲੱਗਿਆ ਕਿ ਨਹੀਂ ਜਿੱਤ ਪਾਵਾਂਗੇ, ਕਿਉਂਕਿ ਸਾਡੇ ਕੋਲ ਸੱਚ ਸੀ, ਔਰ ਸੱਚ ਨੂੰ ਥੋੜ੍ਹੇ ਦੇਰ ਲਈ ਤੁਸੀਂ ਰੋਕ ਸਕਦੇ ਹੋ ਪਰ ਦਬਾ ਨਹੀਂ ਸਕਦੇ। ਤਾਂ ਟਾਈਮ ਜ਼ਰੂਰ ਲੱਗਿਆ ਪਰ ਸਾਨੂੰ ਇਹ ਜ਼ਰੂਰ ਪਤਾ ਸੀ ਕਿ ਸੱਚ ਇੱਕ ਦਿਨ ਸੱਚ ਬਣ ਕੇ ਹੀ ਸਾਹਮਣੇ ਆਏਗਾ। ਸੱਚ ਦੀ ਅਤੇ ਮਰਹੂਮ ਪੱਤਰਕਾਰ ਜਿਹੜੇ ਰਾਮਚੰਦਰ ਸ਼ਤਪਾਲ ਪੂਰਾ ਸੱਚ ਅਖਬਾਰ ਚਲਾਉਂਦੇ ਸੀ। ਹੁਣ ਕਿਉਂਕਿ ਫੈਸਲਾ ਆ ਗਿਆ ਹੈ, ਰਾਹਤ ਮਿਲ ਗਈ ਹੈ, ਜੋ ਇਨਸਾਫ ਚਾਹੀਦਾ ਸੀ ਮਿਲ ਗਿਆ ਸੀ, ਹੁਣ ਜਿਵੇਂ ਅੰਸ਼ੁਲ ਦੀ ਇੱਛਾ ਹੈ ਕਿ ਦੁਬਾਰਾ ਜਿਹੜਾ ਹੈ ਉਹ ਪੂਰਾ ਸੱਚ ਅਖਬਾਰ ਨੂੰ ਸ਼ੁਰੂ ਕੀਤਾ ਜਾਵੇਗਾ? ਹਾਂ ਬਿਲਕੁਲ, ਡੈਫੀਨੇਟਲੀ ਪੂਰਾ ਸੱਚ ਦੁਬਾਰਾ ਆਪਦੇ ਉਸੇ ਰੂਪ 'ਚ ਸਾਹਮਣੇ ਆਏਗਾ। ਅਸੀਂ ਚਾਹੁੰਦੇ ਹਾਂ ਕਿ ਸਾਡੇ ਪਿਤਾ ਦੀ ਆਤਮਾ ਨਿਊਜ਼ ਪੇਪਰ 'ਚ ਉੱਦਾਂ ਹੀ ਧੜਕਦੀ ਰਹੇ। ਡੇਰਾਵਾਦ ਨੂੰ ਲੈ ਕੇ ਕੀ ਕਹਿਣਾ ਚਾਹੋਗੇ ਸਾਰੇ ਦਰਸ਼ਕਾਂ ਨੂੰ, ਉਹ ਲੋਕਾਂ ਨੂੰ ਜਿਹੜੇ ਅੱਜ ਵੀ ਕਿਤੇ ਨਾ ਕਿਤੇ ਡੇਰੇਵਾਦ ਦੇ ਵਿੱਚ ਫਸੇ ਹੋਏ? ਉਹਨਾਂ ਨੂੰ ਮੈਂ ਸਿਰਫ ਇਹੀ ਗੁਜ਼ਾਰਿਸ਼ ਕਰਾਂਗੀ ਕਿ ਪਖੰਡਵਾਦ ਤੋਂ ਬਾਹਰ ਆਓ, ਕਿਉਂਕਿ ਜਿੰਨੇ ਵੀ ਇਹ ਬਾਬੇ ਨੇ ਜਿਨ੍ਹਾਂ ਨੇ ਆਪਣੇ ਬਿਜ਼ਨਸ ਚਲਾ ਰੱਖੇ ਨੇ, ਔਰ ਉਹਨਾਂ ਵਾਸਤੇ ਇਹ ਜਿੰਨੇ ਵੀ ਉਹਨਾਂ ਦੇ ਫੋਲੋਅਰਸ ਨੇ, ਉਹ ਪ੍ਰੋਡਕਟਸ ਤੋਂ ਇਲਾਵਾ ਕੁਛ ਨਹੀਂ ਗੇ, ਉਹ ਉਹਨਾਂ ਦੇ ਸਟੇਕ ਹੋਲਡਰਸ ਨੇ, ਉਹਨਾਂ ਨੂੰ ਬੇਵਕੂਫ ਬਣਾ ਕੇ ਔਰ ਉਹਨਾਂ ਦੇ ਹੀ ਉੱਪਰ ਰਾਜ ਕਰ ਰਹੇ ਨੇ ਇਹ ਬਾਬੇ। ਨਾ ਤਾਂ ਆਸਾਰਾਮ ਬਚਿਆ ਹੈ, ਨਾ ਹੀ ਰਾਮਪਾਲ ਬਚਿਆ ਹੈ, ਔਰ ਨਾ ਹੀ ਰਾਮ ਰਹੀਮ ਬਚਿਆ ਹੈ। ਤਾਂ ਕਿਸੇ ਵੀ ਤਰ੍ਹਾਂ ਰਾਮ ਰਹੀਮ ਵਰਗੇ ਬਾਬੇ ਰੱਬ ਨਹੀਂ ਹੋ ਸਕਦੇ, ਔਰ ਜੇ ਉਹ ਰੱਬ ਹੁੰਦਾ ਤਾਂ ਉਹਨੂੰ ਪੰਚਕੂਲਾ 'ਚ ਇੰਨੀ ਵੱਡੀ ਭੀੜ ਇਕੱਠੀ ਕਰਨ ਦੀ ਆਪਦੀ ਸੇਫਟੀ ਲਈ ਜ਼ਰੂਰਤ ਨਹੀਂ ਪੈਣੀ ਸੀਗੀ। ਸੋ ਮੇਰੀ ਤੁਹਾਨੂੰ ਸਭ ਨੂੰ ਇਹੀ ਅਪੀਲ ਹੈ ਕਿ ਮੇਰੇ ਫਾਦਰ ਨੇ ਇਸ ਤਰ੍ਹਾਂ ਦਾ ਦੇ ਜਿਹੜੇ ਝੂਠ ਤੋਂ ਪਰਦਾ ਚੁੱਕਣ ਲਈ ਆਪਣੀ ਜਾਨ ਦਿੱਤੀ ਹੈ, ਉਸ ਜਾਨ ਦੀ ਕੀਮਤ ਦਾ ਸਨਮਾਨ ਕਰੋ, ਔਰ ਛਤਰਪਤੀ ਨੂੰ ਜਿਹੜਾ ਇੱਕ ਜਿਸ ਮਿਸ਼ਨ ਲਈ ਉਹ ਗਏ, ਉਹ ਮਿਸ਼ਨ ਇਸ ਤਰ੍ਹਾਂ ਦੇ ਪਖੰਡ ਤੋਂ ਲੋਕਾਂ ਦਾ ਜਦੋਂ ਵਿਸ਼ਵਾਸ ਉੱਠ ਜਾਏਗਾ ਉਦੋਂ ਹੀ ਅਸਲ 'ਚ ਪੂਰਾ ਹੋਏਗਾ। ਪੰਜਾਬੀ ਦੇ ਨਾਲ ਗੱਲਬਾਤ ਕਰਨ ਲਈ ਸ਼੍ਰੇਸੀ, ਸੋ ਇਹ ਸੀ ਸ਼੍ਰੇਸੀ ਛਤਰਪਤੀ, ਮਰਹੂਮ ਪੱਤਰਕਾਰ ਰਾਮਚੰਦਰ ਛਤਰਪਤੀ ਦੀ ਇਕਲੌਤੀ ਧੀ, ਜਿਨ੍ਹਾਂ ਨੇ ਲੜਾਈ ਜਿਹੜੀ ਹੈ ਅੱਜ ਤੱਕ ਜਾਰੀ ਰੱਖੀ ਹੈ, ਅਤੇ ਆਖਿਰਕਾਰ ਉਸ ਲੜਾਈ ਦਾ ਨਤੀਜਾ ਹੈ ਕਿ ਅੱਜ ਜਿਹੜੀ ਜਿੱਤ ਹੈ ਉਹ ਹਾਸਲ ਹੋਈ ਹੈ। ਅਤੇ ਇੱਕ ਗੱਲ ਜਿਹੜੀ ਇਹਨਾਂ ਨੇ ਅੰਤ ਵਿੱਚ ਬਹੁਤ ਚੰਗੀ ਕਹੀ ਹੈ ਕਿ ਬੇਸ਼ੱਕ ਜਿੱਤ ਹਾਸਲ ਹੋ ਗਈ ਹੈ, ਪਰ ਅਜੇ ਤੱਕ ਵੀ ਜਿਹੜਾ ਹੈ ਉਹ ਮਿਸ਼ਨ ਪੂਰਾ ਉਸ ਵੇਲੇ ਹੋਵੇਗਾ ਜਦੋਂ ਪੂਰੇ ਦੇਸ਼ ਦੇ ਲੋਕ, ਨਾ ਸਿਰਫ ਪੰਜਾਬ ਦੇ, ਹਰਿਆਣਾ ਦੇ ਨਹੀਂ, ਪੂਰੇ ਦੇਸ਼ ਦੇ ਲੋਕ ਜਦੋਂ ਇਹਨਾਂ ਪਖੰਡੀ ਸਾਧੂਆਂ ਦੇ, ਜਿਹੜੇ ਆਪਣੇ ਆਪ ਨੂੰ ਬਾਬੇ ਕਹਿਲਵਾਉਂਦੇ ਨੇ, ਇਹਨਾਂ ਦੇ ਪਖੰਡ ਤੋਂ ਬਾਹਰ ਨਿਕਲਣਗੇ ਅਤੇ ਬਾਹਰ ਨਿਕਲਣਗੇ ਅੱਜ ਦੀ ਜ਼ਿੰਦਗੀ ਦੇ ਵਿੱਚ ਜੋ ਹੋ ਰਿਹਾ, ਤਕਨੀਕ ਦੇ ਨਾਲ ਜਿਹੜਾ ਉਹਦੇ ਨਾਲ ਚੱਲਣਗੇ, ਅਤੇ ਉਸ ਦਿਨ ਜਿਹੜਾ ਹੈ ਸਾਡਾ ਦੇਸ਼ ਹੈ ਉਹ ਬਹੁਤ ਅੱਗੇ ਤੱਕ ਜਾਵੇਗਾ। ਫਿਲਹਾਲ ਅੱਜ ਦੇ ਪ੍ਰੋਗਰਾਮ ਦੇ ਵਿੱਚ ਇੰਨਾ ਹੀ, ਉਮੀਦ ਕਰਦੇ ਹਾਂ ਇਹ ਪੇਸ਼ਕਾਰ ਤੁਹਾਨੂੰ ਪਸੰਦ ਆਈ ਹੋਵੇਗੀ। ਫਿਲਹਾਲ ਮੈਨੂੰ ਯਾਨੀ ਅੰਮ੍ਰਿਤ ਵਿਰਦੀ ਨੂੰ ਦਿਓ ਇਜਾਜ਼ਤ, ਸਤਿ ਸ਼੍ਰੀ ਅਕਾਲ।